खाना नहीं नहीं होगा, मैं खा ली पहले ही बड़ी। पहले रखड़ी दे करके काफी लैन नहीं टुटन नहीं कभी कोई गड्डी ते गड्डी चढ़ी पई है। अरे मालक साढ़े एक्चुअली मालक बह गए दुकान के। सुमेरा ने सवेरे सवेरे चॉकलेट का आपू भी लिबड़ना तो सारे ने लबेड़ना। अच्छे रख लो है चॉकलेट खाने की सारे लबेड़नी है सारा लेटता है। रखड़ी की तैयारी चॉकलेट आंदी है चॉकलेट सारी सिर मैरा ने खाई नहीं है मेरा तू खाई नहीं तो है ना। निक्किया निक्किया कड़ियां हो गई चालू मौसम होया बरखा वाला पिछली बार भी रखड़ी से बड़ी बरखा पई ही बरखा इदा पई ही सवेरे ठीक रहा 9 बजे चालू हो गई चंगी बरखा पई सारे पैर पर नमस्ते हो ठीक ठाक हो सारे मेन काम रखड़ी वाला आप कर लिया हूँ अं फ्री हाँ हूँ अं दुकान दुकान पर जाके दुकान पर रखड़ी बन के दुकान अपनी तो फिर जिसे जिसे जाना फिर अगे जावे डैडी आ गए दुकान पर फिर जावे अगे तो उस मैरा ने जाना रखड़ी बनना पहले मंगेरियाँ शहर से शहर से बन के फिर वो आई थी हम देखो कनिया लग गया की करते हैं। मैं तो कह काजल ने कहा तुम दोनों जा दो स्कूटरी से भूआ ने आना इधरों उन्होंने लैके आना पता नहीं लगन दिया देखी जाओगी जो होगा अरे हूँ बरखा लगी है मैंने तो प्रॉब्लम होनी बरखा ना इन्होंने ना बन ली है मैं देखन दी हूँ कहती मेरे ही बनो रोन दी अंदर जाके रखड़ी बनाने कितने पानी है ये बह पहले नहाता है नहीं तू नहाता तू नन्नी है काचा 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 बना दे बन की मैं चॉकलेट का टिक्का ला दिया चॉकलेट का मूँह से चॉकलेट का टिक्का ला दिया नहीं नन्नी जे चेहरा चेहरा लाइए नहीं मेरी बनती अपने पापे ने तो मेरे ने बनी नहीं इन्हें ओ ठीक है ठीक है खुश है। एक मोटरसाइकिल बने गड्डी मोटरसाइकिल तो उतर गया निक्के निक्के कनिया लगी हैं भावें चीज पुरानी नवी प्यार पूरा साथ दिंदी है ना औखे वेले भी
ਗੱਲ ਕੀ ਹੈ, ਜਿਹੜੇ ਲੋਕਾਂ ਨੇ ਰੱਖੜੀ ਬੰਨਣ ਜਾਣੀ ਸਵੇਰੇ ਸਵੇਰੇ ਉਹ ਪਰੇਸ਼ਾਨ ਹੁੰਦੇ ਆ, ਅਤੇ ਮਾਰਕੀਟ 'ਚ ਫਰਕ ਪੈਂਦਾ ਜਿਹੜਾ ਰੱਖੜੀ ਰੱਖੀ ਵੇਚਣ ਨੂੰ ਮਠਿਆਈ ਦਾ। ਪਿਛਲੀ ਵਾਰ ਇੱਦਾਂ ਬਹੁਤ ਫਰਕ ਹੈ, ਕਿੰਨੀ ਕਿੰਨੀ ਮਠਿਆਈ ਵੱਜ ਗਈ ਲੋਕ ਫਿਰ ਵਰਖਾ 'ਚ ਕੈਂਸਲ ਵੀ ਕਰ ਦਿੰਦੇ ਪ੍ਰੋਗਰਾਮ, ਕਈ ਕੁਛ ਹੋ ਜਾਂਦਾ। ਥੋੜ੍ਹੀ ਪੈਣੀ ਚਾਹੀਦੀ ਵਰਖਾ ਹਿਸਾਬ ਨਾਲ, ਕਿ ਹਰ ਇੱਕ ਦਾ ਕੰਮ ਵਧੀਆ ਚੱਲੇ, ਹੈ ਨਾ ਸਾਰਾ, ਕਿਉਂਕਿ ਰੱਖੜੀਆਂ ਦਾ ਸੀਜ਼ਨ ਇਹ ਹੁੰਦਾ ਤਿਉਹਾਰ ਲਾਉਣ ਦਾ, ਲੋਕਾਂ ਨੇ ਖਰਚਾ ਕੀਤਾ ਹੁੰਦਾ ਦੁਕਾਨਾਂ ਨੇ, ਸਮਾਨ ਸਟਾਇਆ ਹੁੰਦਾ। ਪਿਛਲੀ ਮਠਿਆਈ ਵੀ ਬਹੁਤ ਬਚ ਗਈ ਸੀ ਵਰਖਾ ਕਰਕੇ, ਵਰਖਾ ਬਹੁਤ ਪਈ ਪਈ ਕਾਫੀ ਦੇਰ ਸ਼ਾਮਾਂ ਦਾ ਪੈਂਦੀ ਰਹੀ, ਅਤੇ ਉਹਦੇ ਕਰਕੇ ਫਿਰ ਬੜੇ ਲੋਕ ਆਉਣਾ ਜਾਣਾ ਛੱਡ ਦਿੰਦੇ, ਜੇ ਆਉਂਦੇ ਤਾਂ ਰੁਕਦੇ ਨਹੀਂ ਕਿਤੇ, ਚੁੱਪ ਚੁੱਪ 'ਤੇ ਨਿਕਲਦੇ ਬਾਹਰ ਬਾਹਰ ਹੀ। ਵਰਖਾ ਚਾਲੂ ਹੈ, ਸਮਾਨ ਮੈਂ ਲਾਇਆ ਨਹੀਂ ਬਾਹਰ, ਮੈਂ ਚੱਲ ਇੱਦਾਂ ਹੀ ਰਹਿੰਦੇ, ਪੰਡ ਅੰਦਰ ਦੀ ਆਉਂਦੀ ਨਾ ਗਿੱਲਾ ਹੋ ਜਾਂਦਾ ਸਮਾਨ, ਅਤੇ ਗਿੱਲੇ ਹੋ ਗਏ, ਮੈਂ ਗਿੱਲਾ ਹੋ ਗਿਆ ਸਾਰਾ, ਕੋਈ ਗੱਲ ਨਹੀਂ, ਕੰਮ 'ਤੇ ਆਉਂਦੇ ਨੇ ਗਿੱਲਾ, ਮੈਂ ਇਹਦੀ ਇੰਨੀ ਪਰਵਾਹ ਮਾਰਦਾ। ਦੁਕਾਨ ਖੁੱਲ੍ਹ ਗਈ ਹੈ, ਪੂਜਾ ਪਾਠ ਕਰ ਲਿਆ ਆਪਣਾ, ਇਹ ਵਰਖਾ ਕਰਕੇ ਫਿਰ ਹੁਣ ਕਿੰਨਾ ਫਰਜ਼ ਹੈ, ਇੱਲੇ ਨੂੰ ਰੌਣਕ ਲੱਗੀ ਨਹੀਂ ਪੂਰੀ, ਕਈ ਆਉਂਦੇ ਕਈ ਜਾਂਦੇ, ਪਿਛਲੀ ਵਾਰੀ ਵਰਖਾ ਪੈ ਗਈ ਰੱਖੜੀ ਵਾਲਿਆਂ, ਚੱਲ ਕੋਈ ਨਹੀਂ, ਇਹ ਤਾਂ ਚੱਲਦਾ ਰਹਿਣਾ, ਬਲੌਗ ਵੀ ਸਾਡਾ ਚੱਲਦਾ ਰਹਿਣਾ, ਅਗਲੀ ਅਪਡੇਟ ਆਉਂਦੀ ਹੈ ਕੀ ਕਰਦਾ, ਕਰਨਾ ਬੜਾ ਕੁਛ, ਇਹ ਨਹੀਂ ਪਤਾ ਮੈਂ ਹੋਣਾ ਕੀ, ਜਾਣਾ ਵੀ ਹੈ, ਦੇਖੋ ਕੀ ਬਣਦਾ ਪ੍ਰੋਗਰਾਮ, ਮਿਲਦਾ ਬਾਅਦ ਤੁਹਾਨੂੰ, ਮੈਨੂੰ ਬਹਿ ਜਾ ਦੋ ਵਾਰ ਤਸੱਲੀ ਨਾ, ਕੰਮ ਕਰ ਦੇਖ ਰਹੀ ਹੈ। ਉਹ ਸਾਡੀ ਸ਼ਹਿਰਾ 'ਚ ਚਲਾਊਗੀ ਦੁਕਾਨ, ਸ਼ਹਿਰਾ ਤੂੰ ਹੀ ਕਰਨਾ ਕੰਮ ਅੱਜ, ਅਜੇ ਮਾਲਕ ਸਾਡੇ ਐਕਚੁਲੀ ਮਾਲਕ ਬਹਿ ਗਏ ਦੁਕਾਨ ਦੇ, ਰੱਖੜੀ ਦੇ ਕਰਕੇ ਕਾਫੀ ਲੈਨ ਹੀ ਟੁੱਟਣ ਦੀ, ਕਦੀ ਕੋਈ ਗੱਡੀ 'ਤੇ ਗੱਡੀ ਚੜ੍ਹੀ ਪਈ ਹੈ। ਸਵੇਰਾ ਦੇ ਮਾਮੂ ਦੇ ਘਰ ਜਾ ਰਹੇ ਹਾਂ, ਉੱਥੇ ਰੱਖੜੀ ਬਣ ਕੇ ਨਾਲੇ ਬਲੌਗ ਦੇ ਹੁਣ ਕਰਦੇ ਹਾਂ ਐਂਡ, ਬਲੌਗ ਹੋ ਗਿਆ ਨਾ ਲੰਬਾ ਕਾਫੀ, ਅਤੇ ਮਿਲਾਂਗੇ ਤੁਹਾਨੂੰ ਕੱਲ੍ਹ ਅਗਲੀ ਵੀਡੀਓ 'ਚ। ਇਸ ਕਰਕੇ ਸਾਰਿਆਂ ਨੂੰ ਪਿਆਰ ਭਰੀ ਨਮਸਤੇ, ਚੈਨਲ ਸਬਸਕ੍ਰਾਈਬ ਕਰੋ, ਲਾਈਕ ਕਰੋ, ਕਮੈਂਟ ਕਰੋ, ਸ਼ੇਅਰ ਕਰੋ, ਚੈਨਲ ਵੀਡੀਓ ਨਾਲ ਜੁੜਨ ਲਈ ਬਣੇ ਰਹੋ। ਸੁਨਹਿਰਾ ਦੇ ਆਉਂਦੇ ਮਜ਼ੇ ਹੋ ਗਏ ਆ, ਆਉਂਦੇ ਝੂੜੇ ਮਿਲਣ ਲੱਗ ਪਏ ਸੁਨਹਿਰਾ ਨਾਲ।